ਕਰਮਜੀਤ ਸਿੰਘ ਔਜਲਾ ਦੀ ਕਹਾਣੀ ਉਪਕਾਰੀ ਵੱਡੀ ਭੈਣ ਦਾ ਨਾਮ ਲਾਲੀ ਸੀ ਛੋਟੀ ਦਾ ਡਾਲੀ ਅਸਲੀ ਨਾਮ ਤਾਂ ਉਹਨਾਂ ਦੇ ਸਰਟੀਫਿਕੇਟਾਂ ਤੇ ਲਿਖੇ ਹੋਣਗੇ ਪਰਾਂਡੀ ਗਵਾਂਡੀ ਤੇ ਹੋਰ ਸਾਰੇ ਉਹਨਾਂ ਦੇ ਰੱਖੇ ਇਹਨਾਂ ਹੀ ਨਾਵਾਂ ਦੀ ਵਰਤੋਂ ਕਰਦੇ ਉਹਨਾਂ ਦੀ ਉਮਰ 'ਚ 5 ਸਾਲਾਂ ਦਾ ਫਰਕ ਸੀ ਪਰ ਵਿਆਹ ਵਿੱਚ 6 ਸਾਲਾਂ ਦਾ ਫਰਕ ਪੈ ਗਿਆ ਦੋਹਾਂ ਵਿੱਚ ਕਾਰੀ ਇਕਲੌਤਾ ਭਰਾ ਵੀ ਸੀ ਜਿਹਦਾ ਵਿਆਹ ਛੋਟੀ ਡਾਲੀ ਦੇ ਵਿਆਹ ਤੋਂ ਵੀ 2 ਸਾਲ ਬਾਅਦ ਕੀਤਾ ਗਿਆ ਜਿਸ ਮੁੰਡੇ ਦੀ ਕੋਈ ਅਣਵਿਆਹੀ ਭੈਣ ਕਰਨਾ ਬੈਠੀ ਹੋਵੇ ਤੇ ਪਿਓ ਦੀ ਜਾਇਦਾਦ ਚੋਂ ਹਿੱਸਾ ਵੰਡਾਉਣ ਵਾਲਾ ਕੋਈ ਹੋਰ ਭਰਾ ਵੀ ਨਾ ਹੋਵੇ ਤਾਂ ਉਹਦੇ ਵਿਆਹ 'ਚ 2 ਸਾਲਾਂ ਦਾ ਫਰਕ ਆਪਣੀ ਭੈਣ ਦੇ ਵਿਆਹ ਤੋਂ ਪੈ ਜਾਣਾ ਤਾਂ ਕੁਦਰਤੀ ਹੁੰਦਾ ਏ ਇੱਕ ਤਾਂ ਮੁੰਡੇ ਦਾ ਮੈਰਿਟ ਅਫਸਰ ਦਾ ਮੁੰਡਾ ਅਜੇ ਭਾਵੇਂ ਵਿਲਾ ਹੀ ਐ ਪਰ ਪੜਿਆ ਲਿਖਿਆ ਐ ਅਫਸਰ ਲੱਗ ਹੀ ਜਾਏਗਾ ਨਾ ਵੀ ਨੌਕਰੀ ਕਰੇ ਪਿਓ ਨੇ ਇਕਲੌਤੇ ਪੁੱਤਰ ਲਈ ਬਥੇਰਾ ਕਮਾਇਆ ਚੰਗਾ ਘਰ ਨਹੀਂ ਕੋਠੀ 500 ਗਾਜ ਦੋ ਪੋਰਸ਼ਨ ਹਨ ਇੱਕ ਪੋਰਸ਼ਨ ਤਾਂ ਸਿਵਲ ਲਾਈਨ ਏਰੀਆ ਚ 1200 ਕਿਰਾਏ ਤੇ ਚੜ ਜਾਏਗਾ ਇਸ ਲਈ ਰਿਸ਼ਤਿਆਂ ਦੀ ਪਰਹਾਰ ਸੀ ਨਾਲੇ ਦੋ ਭੈਣਾਂ ਤੇ ਇੱਕ ਸੁਰਖਰੂ ਹੋਈ ਮਾਂ ਬਗਾਨੀਆਂ ਧੀਆਂ ਚ ਨੁਕਸ ਕੱਢਣ ਦਾ ਸਿਲਸਿਲਾ ਦੋ ਸਾਲ ਤੱਕ ਚੱਲਦਾ ਰਿਹਾ ਜੋ ਵੀ ਹੋਵੇ ਇੱਕ ਕੁੜੀ ਦਾ ਮੋਟਾਪਾ ਦੂਜੇ ਦੇ ਦੂਜੇ ਦੇ ਮੋٹے ਬੁੱਲ ਤੀਜੀ ਦਾ ਰੰਗ ਘੱਟ ਗੋਰਾ ਚੌਥੀ ਐਨਕ ਲੱਗੀ ਸੀ ਪੰਜਵੀਂ ਸਹਾਰਨਪੁਰ ਦੀ ਸੀ ਆਪ ਤਾਂ ਭਾਵੇਂ ਚੰਗੀ ਸੀ ਸੁੰਦਰ ਸੁਚੱਜੀ ਪਰ ਸਹਾਰਨਪੁਰ ਕੋਈ ਸ਼ਹਿਰ ਹੈ ਇਸੇ ਤਰ੍ਹਾਂ ਕਈ ਹੋਰਾਂ ਦੀ ਕਿਸਮਤ ਇਸ ਟਿੱਕੜੀ ਦੀ ਨਜ਼ਰੀ ਪਰਵਾਹ ਨਾ ਚੜੀ ਸਕੀ ਤੇ ਅਖੀਰ ਜਿਹਦੇ ਸੰਜੋਗ ਸੀ ਨੀਮਾ ਨਾ ਸ਼ਹਿਰ ਜਲੰਧਰ ਤੇ ਨਾਂ ਕਸ਼ਮੀਰਲਾ ਵਰਗਾ ਰੰਗ ਗੋਰਾ ਤੇ ਨਾਂ ਆਪਣੀ ਸੱਸ ਵਰਗਾ ਲੰਮਾ ਕਦ ਪਰ ਕੁਝ ਨਾ ਕੁਝ ਇਹਦੇ ਵਿੱਚ ਹੈ ਜ਼ਰੂਰ ਜੋ ਦੋ ਭੈਣਾਂ ਤੇ ਇੱਕ ਮਾਂ ਦੀ ਸਿਲੈਕਸ਼ਨ ਕਮੇਟੀ ਉਹਨੂੰ ਰੱਦ ਨਾ ਕਰ ਸਕੀ ਆ ਨੀਮਾ ਦੂਜੀਆਂ ਕੁੜੀਆਂ ਵਾਂਗ ਆਪਣੇ ਗੋਰੇ ਰੰਗ ਪਤਲੇ ਅੰਗਾ ਤਿੱਖੇ ਨਕਸ਼ਾਂ ਤੇ ਨਿਰਭਰ ਨਹੀਂ ਸੀ ਕਰਦੀ ਕਿਉਂਕਿ ਇਹਨਾਂ ਵਿੱਚ ਤਾਂ ਉਹ ਕਿਸੇ ਤਰ੍ਹਾਂ ਵੀ ਐਕਸਟਰਾ ਆਰਡੀਨਰੀ ਨਹੀਂ ਸੀ ਉਹਦਾ ਬੋਲਣਾ ਬਹੁਤ ਪ੍ਰਭਾਵਸ਼ਾਲੀ ਸੀ ਤੇ ਜੋ ਬੋਲਦੀ ਉਹਦੇ ਵਿੱਚ ਕੁਝ ਵੀ ਗਲਤ ਜਾਂ ਝਪਟਾ ਨਾ ਹੁੰਦਾ ਬੜਾ ਕੰਫੀਡੈਂਸ ਸੀ ਉਹਦੇ ਵਿੱਚ ਤੇ ਸ਼ਾਇਦ ਇਸੇ ਕਾਰਨ ਦਰਜਨ ਕੁੜੀਆਂ ਜਿਹੜੀਆਂ ਧੜਕਦੇ ਦਿਲ ਨਾਲ ਇਸ ਸਿਲੈਕਸ਼ਨ ਕਮੇਟੀ ਅੱਗੇ ਆਪਣਾ ਗੋਰਾ ਰੰਗ ਪਤਲੇ ਅੰਗ ਤਿੱਖੇ ਨਕਸ਼ ਇਹਨਾਂ ਨੂੰ ਯਥਾ ਸ਼ਕਤੀ ਉਹਨਾਂ ਦੀਆਂ ਮਾਵਾ ਭੈਣਾਂ ਨੇ ਹੋਰ ਸਵਾਰਿਆ ਹੁੰਦਾ ਸੀ ਦੀ ਪਰਵਾਨਗੀ ਚੜਨ ਦੀਆਂ ਅਰਦਾਸਾਂ ਮੰਚ ਕਰਦੀਆਂ ਰਹਿੰਦੀਆਂ ਪਰ ਅਸਫਲ ਰਹੀਆਂ ਤੇ ਨੀਮਾ ਇਹਨਾਂ ਤਾਂ ਇਹਨੇ ਤਾਂ ਸਿਲੈਕਸ਼ਨ ਕਮੇਟੀ ਨੂੰ ਹੀ ਥੜਕਾ ਕੇ ਰੱਖ ਦਿੱਤਾ ਤੇ ਕੁਝ ਕਹਿ ਲੋ ਮੈਰਿਟ ਜਾਂ ਸੰਜੋਗ ਦੋ ਨਨਾਨਾ ਤੇ ਇਕਲੌਤੇ ਵੀਰ ਦੀ ਪਤਨੀ ਤੇ ਅਫਸਰ ਦੀ ਨੂੰ ਬਣ ਗਈ ਦਾਜ ਵੀ ਸਧਾਰਨ ਹੀ ਸੀ ਪਰ ਕੋਈ ਚੂਚਾ ਨਾ ਹੋਈ ਦਾਜ ਤੇ ਘਟ ਸਰੀਰਕ ਖੂਬਸੂਰਤੀ ਤੇ ਨਨਾਨਾ ਸੱਸ ਨੇ ਕਦੇ ਕੋਈ ਬੋਲ ਕਬੂਲ ਨਾ ਕੀਤਾ ਇਦੱਪੇ ਦੋਦੋ ਖੁੱਲਿਆ ਜਦੋਂ ਛੋਟੀ ਨਨਾਨ ਡੋਲੀ ਨੇ ਇੱਕ ਵਾਰ ਮਹਿਸੂਸ ਕੀਤਾ ਕਿ ਜੇ ਉਹਦੀ ਭਾਬੀ ਨੇ ਇੱਕ ਸਿੱਧ ਪਧਰੇ ਵਾਕ ਵਿੱਚ ਉਹਦੀ ਵੱਡੀ ਭੈਣ ਲਾਲੀ ਬਾਰੇ ਕਹਿ ਦਿੱਤਾ ਉਹੀ ਤਾਂ ਉਹ ਲਾਲੀ ਦੇ ਵਿਆਹ ਤੋਂ ਲੈ ਕੇ ਅੱਜ ਤੱਕ ਕਹਿਣਾ ਚਾਹੁੰਦੀ ਸੀ ਡਾਲੀ ਨੂੰ ਲੱਗਾ ਉਹਦਾ ਕੰਮ ਉਹਦੀ ਭਾਬੀ ਨੇ ਕਰ ਦਿੱਤਾ ਸੀ ਤੇ ਉਹਨੂੰ ਆਪਣੀ ਭਾਬੀ ਉਸ ਦਿਨ ਬਹੁਤ ਚੰਗੀ ਲੱਗੀ ਤੇ ਉਹਦੇ ਘੱਟ ਖੂਬਸੂਰਤ ਹੋਣ ਤੇ ਵੀ ਵਿਰੋਧ ਨਾ ਕਰਨਾ ਉਹਨੂੰ 부ਝ ਦੇ ਲਈ ਜਾਂ ਭਾਬੀ ਦੀ ਪਰਸਨੈਲਿਟੀ ਅੱਗੇ ਦਬ ਜਾਣਾ ਯਾ ਨਾ ਲੱਗ ਕੇ ਆਪਣੀ ਸਿਆਣਪ ਹੀ ਲੱਗਿਆ ਕਿਹੜੀ ਗੱਲ ਕਹੀ ਸੀ ਨੀਮਾ ਨੇ ਇਸ ਲਈ ਜਰਾ ਰੁਕੋ ਪਹਿਲਾਂ ਜਰਾ ਲਾਲੀ ਦੇ ਵਿਆਹਤਾ ਜੀਵਨ ਤੇ ਇੱਕ ਝਾਂਤ ਮਾਰਨੀ ਪੈ ਜਾਏਗੀ ਲਾਲੀ ਨੇ ਬੀਏ ਕੀਤਾ ਨੰਬਰ ਚੰਗੀ ਸੀ ਨਾਲ ਐਜੂਕੇਸ਼ਨਲ ਕਾਲਜ ਦਾ ਪ੍ਰਿੰਸੀਪਲ ਜਿਹੜਾ ਬੀਏ ਚ ਦਾਖਲਾ ਦੇ ਸਕਦਾ ਸੀ ਲਾਲੀ ਦੇ ਪਿਤਾ ਜੀ ਦੇ ਆਫਿਸ ਅਰਬਨ ਸਟੇਟ ਪਲਾਟ ਅਲਾਟ ਕਰਾਉਣ ਲਈ ਕਈ ਫੇਰੇ ਮਾਰ ਚੁੱਕਾ ਸੀ ਉਧਰੋਂ ਲਾਲੀ ਨੇ ਬੀਏ ਕਰ ਲਿਆ ਉਧਰੋਂ ਲਾਲੀ ਦੇ ਪਿਤਾ ਜੀ ਨੇ ਪ੍ਰਿੰਸੀਪਲ ਸਾਹਿਬ ਨੂੰ ਸ਼ੈਡਿਊਲ ਕਾਸਟ ਦੇ ਕੋਟੇ ਚੋਂ 플ੌਟ ਅਲਾਟ ਕਰਾ ਦਿੱਤਾ ਲਾਲੀ ਬੀ.ਐਡ ਦੀ ਕਲਾਸ ਵਿੱਚ ਤੇ ਪ੍ਰਿੰਸੀਪਲ ਸਾਹਿਬ 플ੌਟ ਦੇ ਮਾਲਕ ਬੀ.ਐਡ ਦੀ ਪ੍ਰੀਖਿਆ ਚੋਂ ਪਾਸ ਹੋ ਗਈ ਫਿਰ ਕਿਸੇ ਹੋਰ ਨੂੰ 플ੌਟ ਅਲਾਟ ਹੋ ਗਿਆ ਤੇ ਲਾਲੀ ਭੂਗੋਲ ਦੀ ਅਧਿਆਪਕਾ ਤਨਖਾਹ 1234 ਰੁਪਏ ਮਹੀਨਾ ਸਕੂਲ ਆਪਣਾ ਹੀ ਸ਼ਹਿਰ ਚ ਲਲੀਤਨ ਸਾਲ ਨੌਕਰੀ ਕਰਦੀ ਰਹੀ ਕਿ ਇੱਕ ਪੈਸਾ ਉਹਦੀ ਤਨਖਾਹ ਦਾ ਬੈਂਕ ਚ ਜਮਾ ਹੁੰਦਾ ਉਹਦੇ ਲਈੜੇ ਕੱਪੜੇ ਦਾ ਖਰਚਾ ਘਰੋਂ ਹੁੰਦਾ ਪਿਤਾ ਕਹਿੰਦਾ ਸੀ ਧੀ ਦੀ ਕਮਾਈ ਦਾ ਇੱਕ ਪੈਸਾ ਵੀ ਉਹਨੇ ਘਰ ਨਹੀਂ ਖਰਚਣਾ ਭਾਵਿਓ ਨੇ ਇੱਕ ਫੌਜੀ ਵਿਧਵਾ ਦੀ ਧੀ ਨੂੰ ਪਲਾਟ ਅਲਾਟ ਕਰਨ ਦੇ 1500 ਰੁਪਏ ਰਿਸ਼ਵਤ ਲਈ ਜੋ ਐਮਏ ਬੀਏਡ ਕਰਕੇ ਵੀ ਬੇਕਾਰ ਰਹਿਣ ਦੇ ਘਰ ਟਿਊਸ਼ਨਾਂ ਕਰਕੇ ਕਮਾਉਂਦੀ ਸੀ ਤਿੰਨ ਸਾਲਾਂ ਦੀ ਤਨਖਾਹ 40000 ਕੁੜੀ ਕੋਲ ਕੁੜੀ ਅਫਸਰ ਦੀ ਮਾਂ ਵਰਗਾ ਲੰਮਾ ਕੱਦ ਤੇ ਪਿਓ ਵਰਗਾ ਗੋਰਾ ਰੰਗ ਕੁਝ ਬੇਪਰਵਾਹੀ ਦੇ ਨਖਰੇ ਜ਼ਿੰਦਗੀ ਚ ਕਦੀ ਤੱਤੀ ਵਾਤਾ ਲੱਗੀ ਨਹੀਂ ਸੀ ਜੋ ਬਨ ਖਿੜਿਆ ਹੀ ਖਿੜਿਆ ਸੀ ਕਈ ਮੁੰਡਿਆਂ ਦੀ ਦਸ ਪਈ ਮਾਂ ਕਹਿੰਦੀ ਸੀ ਨੌਕਰੀ ਕਰਨ ਵਾਲੇ ਨੂੰ ਕੁੜੀ ਨਹੀਂ ਦੇਣੀ 20 ਤਰੀਕ ਨੂੰ ਆਉਂਦੀ ਤਨਖਾਹ ਨਾਲ ਕਿਸੇ ਬਿਜ਼ਨਸਮੈਨ ਨੂੰ ਜਵਾਈ ਬਣਾਉਣਾ ਇਦਾਂ ਹੀ ਹੋਇਆ ਬਿਜਲੀ ਦੇ ਪੱਖਿਆਂ ਦਾ ਕੋਈ ਵਪਾਰੀ ਸੀ ਪੈਸੇ ਵਾਲਾ ਜਵਾਤਰਾ ਜੀ ਬਣ ਗਏ ਵਿਆਹ ਹੋਇਆ ਬਾਜੇ ਗਾਜੇ ਧੁਮ ਥਾਮ ਲੀਕ ਵੇਖ ਦਿਖਾਵਾ ਤਖੜਾ ਸੀ ਹਨੀਮੂਨ ਤੇ ਅੰਗਾ ਸੰਕਾ ਨੂੰ ਵੀ ਮਿਲਣ ਲਈ ਮਿਲਣ ਗਈ ਲਾਲੀ ਆਪਣੇ ਵਪਾਰੀ ਪਤੀ ਨਾਲ ਸਭ ਦਾ ਹਾਲ ਮਾਂ ਨੂੰ ਬੜੇ ਚਾਰ ਨਾਲ ਸੁਣਾਇਆ ਮਾਂ ਖੁਸ਼ ਹੋਈ ਲਾਲੀ ਫੇਰ ਸੌਰੀ ਚਲੀ ਗਈ ਤੇ ਦੁਬਾਰਾ 6 ਮਹੀਨੇ ਬਾਅਦ ਆਈ ਇਕੱਲੀ ਇਸ ਲਾਲੀ ਦੀ ਲਾਲੀ ਕਾਫੀ ਉੱਡੀ ਹੋਈ ਸੀ ਉਹਨੇ ਮਾਂ ਨੂੰ ਦੱਸਿਆ ਕਿ ਉਹ ਤਾਂ ਰਾਤ ਪਈ ਘਰ ਆਉਂਦੇ ਨੇ ਘਰ ਆ ਕੇ ਵੀ ਟੈਲੀਫੋਨੀ ਕਰਦੇ ਰਹਿੰਦੇ ਐ ਨਾ ਕੋਈ ਪਿਕਚਰ ਨਾ ਕੋਈ ਸ਼ੈਰ ਨੌਕਰੀ ਵੀ ਛਡਾ ਲਈ ਸੀ ਲਾਲੀ ਦੀ ਕਈ ਸਾੜੀਆਂ ਤਾਂ ਲਾਲੀ ਨੇ ਖੋਲ ਕੇ ਵੀ ਨਹੀਂ ਵੇਖੀਆਂ ਇਹ ਵਿਆਹ ਤਾਂ ਜੀਵਨ ਤਾਂ ਹੋ ਰਹੀ ਨਿਕਲਿਆ ਲਾਲੀ ਉਦਾਸ ਹੋ ਗਈ ਸੀ ਦੋ ਦਿਨ ਰਹੀ ਉਹਦੇ ਉਹਦਾ ਭਰਾ ਉਹਨੂੰ ਸਹੁਰੇ ਪਹਚਾਏ ਆ ਚਾਰ ਮਹੀਨੇ ਬਾਅਦ ਲਾਲੀ ਫੇਰ ਆਈ ਉਤਰਿਆ ਚਿਹਰਾ ਲਾਲੀ ਕੋਈ ਲਾਲੀ ਨਹੀਂ ਸੀ ਉਹ ਤਾਂ ਪੀਲੀ ਸੀ ਮਾਂ ਨੂੰ ਸਭ ਕੁਝ ਦੱਸਿਆ ਉਹ ਕੰਮ ਤੋਂ ਲੇਟ ਹੀ ਘਰ ਆਉਂਦੇ ਸੀ ਛੇਤੀ ਆਉਣ ਲਈ ਕਹਿੰਦੀ ਫੇਰ ਵੀ ਪਤੀ ਦੇ ਲੇਟ ਆਉਣ ਤੇ ਗੁੱਸੇ ਹੁੰਦੇ ਪਤੀ ਸਮਝਾਉਂਦਾ ਕੰਮਕਾਰੀ ਇਸ ਤਰ੍ਹਾਂ ਦਾ ਹੈ ਪੈਸਾ ਐਵੇਂ ਥੋੜਾ ਕਮਾਇਆ ਜਾਂਦਾ ਹੈ ਰੋਸਾ ਹੋਰ ਵਿਧਿਆਤਕrar ਤੇ ਫਿਰ ਲੜਾਈ ਸੁਣ ਕੇ ਮਾਂ ਬਹੁਤ ਦੁਖੀ ਹੋਈ ਦੋ ਦਿਨ ਬਾਅਦ ਭਰਾ ਫਿਰ ਲਾਲੀ ਨੂੰ ਸੋਰੇ ਪਹੁੰਚਾਏ ਆ ਤੁਰਨ ਲੱਗੀ ਉਹਦੀ ਮਾਂ ਨੇ ਸਾੜੀ ਦਿੱਤੀ ਛੋਟੀ ਨਨਾਨ ਲਈ ਸੂਟ ਲਾਲੀ ਨੇ ਕਿਹਾ ਸੀ ਛੋਟੀ ਨਨਾਨੀ ਤਾਂ ਪਵਾੜਾ ਉਹਦੇ ਲਈ ਦਿਨ ਰਾਤ ਪੈਸੇ ਪਿੱਛੇ ਲੱਗੇ ਰਹਿੰਦੇ ਆ ਉਹ ਦਫਾ ਹੋਵੇ ਮਰੀ ਜਾਵੇ ਉਹਦੇ ਲਈ ਸੂਟ ਨਹੀਂ ਖੜਨਾ ਚੁਗਲਖੋਰ ਲਈ ਲਾਲੀ ਦੀ ਮਾਂ ਨੇ ਉਹਦੀ ਨਨਾਨ ਤੇ ਸ਼ੱਕ ਹੋਇਆ ਲਾਲੀ ਫੇਰ ਆਈ ਹੁਣ ਉਹਨੇ ਮਾਂ ਨੂੰ ਦੱਸਿਆ ਕਿ ਨਨਾਨੀ ਲੜਦੀ ਐ ਪਰ ਉਹਨੇ ਕੱਲ ਦੀ ਬਲੂੰਗੜੀ ਸਿੱਧੀ ਕਰਕੇ ਰੱਖ ਦਿੱਤੀ ਲਾਲੀ ਨੇ ਨਨਾਨ ਨੂੰ ਉਹ ਛਾੜਿਆ ਕਿ ਬਸ ਸਿੱਧੀ ਹੋ ਗਈ ਮਾਂ ਨੂੰ ਲਾਲੀ ਬਹਾਦਰ ਲੱਗੀ ਲਾਲੀ ਦੇ ਬਿਰਤਾਂਤ ਡਾਲੀ ਵੀ ਸੁਣਦੀ ਲਾਲੀ ਫੇਰ ਸਹੁਰੇ ਤੁਰ ਗਈ ਲਾਲੀ ਫੇਰ ਪਿੱਕੇ ਆਈ ਹੁਣ ਉਹਦੇ ਦੁਸ਼ਮਣਾਂ ਚ ਸੱਸ ਤੇ ਸਹੁਰਾ ਵੀ ਸ਼ਾਮਲ ਹੋ ਚੁੱਕੇ ਸਨ ਉਹਨੇ ਘਰ ਵਾਲੇ ਨੂੰ ਸਾਫ਼ ਕਹਿ ਦਿੱਤਾ ਸੀ ਆਪਣੀ ਮਾਂ ਤੇ ਭੈਣ ਕੋਲ ਹੀ ਰੋਟੀ ਖਾਵੇ ਲਾਲੀ ਦਾ ਦੁੱਖ ਬਿਰਤਾਂਤ 6 ਸਾਲ ਚੱਲਦਾ ਰਿਹਾ ਅੰਦਾਜ਼ ਕੁਝ ਐਸਾ ਸੀ ਕਿ ਮਾਂ ਸਹਿਮਤ ਹੁੰਦਿਆਂ ਪਲ ਨਾ ਲਾਉਂਦੀ ਲਾਲੀ ਦੇ ਪਿਓ ਨੂੰ ਕੁਝ ਕਰਨ ਲਈ ਕਹਿੰਦੀ ਸਬਕ ਸਿਖਾਉਣ ਲਈ ਸਿੱਧੇ ਕਰਨ ਲਈ ਪਿਓ ਹੁਣ ਰਿਟਾਇਰਡ ਸੀ ਗੱਲ ਆਈ ਗਈ ਕਰਨੀ ਚਾਹੁੰਦਾ ਸੀ ਪਰ ਲਾਲੀ ਦੀ ਮਾਂ ਦਾ ਜ਼ੋਰ ਇਸ ਗੱਲ 'ਈ ਵਧਦਾ ਜਾ ਰਿਹਾ ਸੀ ਇੱਕ ਦਿਨ ਡੌਲੀ ਵੀ ਆਈ ਜਿਹਦੇ ਵਿਆਹ ਨੂੰ 1 ਸਾਲ ਹੋ ਚੁੱਕਾ ਸੀ ਭੈਣ ਦੇ ਕੋਲੋਂ ਭੈਣ ਦਾ ਹਾਲ ਪੁੱਛਿਆ ਲਾਲੀ ਦੀਆਂ ਪੁੱਬਾਂ ਨਿਕਲ ਗਈਆਂ ਨਾਲੇ ਮਾਂ ਰੋਣ ਲੱਗ ਪਈ ਅਖੇ ਮੇਰੀ ਧੀ ਰੋਲ ਦਿੱਤੀ ਸਸਤੇ ਨਾਨਣ ਨੇ ਮਿਲ ਕੇ 6 ਸਾਲ ਹੋ ਗਏ ਕੋਈ ਧੀ ਪੁੱਤਰ ਨਹੀਂ ਖਬਰੇ ਨਨਾਨ ਨੇ ਭਰਾ ਨੂੰ ਕਿਹੜੇ ਪਾਸੇ ਲਾ ਦਿੱਤਾ ਹੌਕੇ ਰੋਣਾ ਲਾਲੀ ਦੇ ਪਿਓ ਨੂੰ ਤਾਨੇ ਤੇ ਡਾਲੀ ਡੋਰਪੌਰ ਹੋਈ ਵੇਖੀ ਜਾਵੇ ਉਹਦੇ ਦਿਲ 'ਚ ਕੁਝ ਕਹਿਣ ਨੂੰ ਮਚਲ ਰਿਹਾ ਸੀ ਯਤਨ ਕੀਤੇ ਪਰ ਆਖਿਆ ਨਾ ਗਿਆ ਨੀਮਾ ਰਸੋਈ 'ਚ ਚਾਹ ਬਣਾ ਰਹੀ ਸੀ ਟ੍ਰੇ 'ਚ ਰੱਖੀ ਚਾਹ ਦੇ 6 ਗਲਾਸ ਉਹ ਵੀ ਇੱਥੇ ਆ ਪਹੁੰਚੀ ਸੈਂਟਰ ਟੇਬਲ ਤੇ ਚਾਹ ਰੱਖੀ ਰੋਣੇ ਧੋਣੇ ਦੇ ਵਾਕ ਤਾਂ ਉਹਨੇ ਰਸੋਈ 'ਚ ਹੀ ਸੁਣਦੇ ਹੀ ਸੀ ਨਾ ਪਸੰਦਗੀ ਦਾ ਭਾਵ ਉਹਦੇ ਚਿਹਰੇ ਤੇ ਸੀ ਇੱਕ ਨਜ਼ਰ ਆਪਣੇ ਸਹੁਰੇ ਤੇ ਪਤੀ ਤੇ ਉਸ ੁੱਟੀ ਡਾਲੀ ਨੂੰ ਵੇਖ ਕੇ ਉਹਨੂੰ ਕੁਝ ਹੌਸਲਾ ਜਿਹਾ ਹੋਇਆ ਪਰ ਉਹ ਅਜੇ ਵੀ ਨਿਸ਼ਚੈ ਹੀਨ ਸੀ ਲੈ ਲੋ ਲਾਲੀ ਦੀਦੀ ਚਾਹ ਪੀਓ ਨੀਮਾ ਨੇ ਚਾਹ ਦਾ ਗਲਾਸ ਲਾਲੀ ਵੱਲ ਵਧਾਇਆ ਮੈਂ ਨਹੀਂ ਚਾਹ ਪੀਣੀ ਲਾਲੀ ਨੇ ਰੋਂਦਿਆਂ ਕਿਹਾ ਵਿਚਾਰੀ ਦੇ ਗਲੇ ਉਂ ਚਾਹ ਕਿਦਾਂ ਲੰਗੇ ਕੀ ਹਾਲ ਕਰ ਦਿੱਤਾ ਦੁਸ਼ਟਾਂ ਨੇ ਉਹਦਾ ਉਹਨਾਂ ਨਾਨਣ ਤੇ ਸਾਸੇ ਨੂੰ ਚੋੜੇਲਾ ਹੋ ਕੇ ਟੱਕਰੀਆਂ ਡੈਣਾ ਮੁੰਡਾ ਵੀ ਉਹਨਾਂ ਦੀਆਂ ਉਂਗਲਾਂ ਤੇ ਨੱਚਦਾ ਹੈ ਲਾਲੀ ਦੀ ਮਾਂ ਬੋਲਦੀ ਗਈ ਨੀਮਾ ਲਾਲੀ ਦੇ ਸਾਹਮਣੇ ਚਾਹ ਦਾ ਗਲਾਸ ਫੜੀ ਖੜੀ ਰਹੀ। ਡਾਲੀ ਦੇ ਮੂੰਹ 'ਚ ਸੁਆਦ ਕੜਵਾਹਟ ਵਾਲਾ ਸੀ ਤੇ ਲਾਲੀ ਪ੍ਰਤੀ ਨਾ ਪਸੰਦਗੀ ਪਰ ਉਹ ਚੁੱਪੀ ਸੀ। ਕਹਿਣਾ ਕੁਝ ਚਾਹੁੰਦੀ ਸੀ ਪਰ ਆਖਿਆ ਨਹੀਂ ਸੀ ਜਾਂਦਾ। ਨੀਮਾ ਨੇ ਗਲਾਸ ਵਾਪਸ ਟ੍ਰੇ 'ਚ ਰੱਖ ਦਿੱਤਾ ਤੇ ਬੜੀ ਦ੍ਰਿੜਤਾ ਨਾਲ ਆਪਣੀ ਸੱਸ ਨੂੰ ਸੰਬੋਧਿਤ ਹੋਈ। ਮਾਂ ਜੀ ਨੀਮਾ ਦੀ ਆਵਾਜ਼ 'ਚ ਦ੍ਰਿੜਤਾ ਤੇ ਰੋਸ ਵਾਲੀ ਤਲਖੀ ਸੀ। ਨੀਮਾ ਦੀ ਸੱਸ ਨੇ ਉਹਦੇ ਵੱਲ ਦੇਖਿਆ ਲਾਲੀ ਦੇ ਹੋਕੇ ਅਜੇ ਵੀ ਚਾਲੂ ਸਨ ਮਾਂ ਜੀ ਤੁਹਾਨੂੰ ਲਾਲੀ ਨਾਲ ਕੁਝ ਦੁਸ਼ਮਣੀ ਹੈ ਨੀਮਾ ਨੇ ਫੇਰ ਕਿਹਾ ਕੀ ਬੋਲਦੀ ਹੈ ਤੇਰੀ ਕਸਰ ਰਹੀ ਸੀ ਵੱਡੇ ਤੇ ਲੋਨ ਛਿੜਕਣ ਦੀ ਨੀਮਾ ਦੀ ਸੱਸ ਨੀਮਾ ਨੂੰ ਘੁਰਦੀ ਹੋਈ ਗਰਜੀ ਲਾਲੀ ਦੇ ਹੋਕੇ ਬੰਦ ਹੋ ਗਏ ਜੇ ਲਾਲੀ ਦੇ ਸੱਸ ਸੋਹਰਾ ਨਨਾਂ ਤੇ ਪਤੀ ਉਹਦੇ ਦੁਸ਼ਮਣ ਹਨ ਤਾਂ ਡਾਲੀ ਦੇ ਕਿਉਂ ਨਹੀਂ ਮੇਰੇ ਤੁਸੀਂ ਕਿਉਂ ਨਹੀਂ ਦੁਸ਼ਮਣ ਨੀਮਾ ਫੇਰ ਦ੍ਰਿੜਤਾ ਨਾਲ ਬੋਲੀ ਨੀਮਾ ਦੀ ਸੱਸ ਵਾਕ ਰਹਿ ਗਈ ਡਾਲੀ ਨੂੰ ਲੱਗਾ ਜਿਵੇਂ ਉਹਦੇ ਮੂੰਹ ਦੀ ਗੱਲ ਕੋਈ ਹੋਰ ਕਹਿ ਕੇ ਉਹਦਾ ਭਾਰ ਹੌਲਾ ਕਰ ਗਿਆ। ਮਾਂ ਜੀ ਲਾਲੀ ਨੂੰ ਸਵੇਰੇ ਇਹਦੇ ਸਹੁਰੇ ਪਹੁੰਚਾ ਦਿਓ ਤੇ ਉਹਨੂੰ ਸਮਝਾਓ ਕਿ ਉਹ ਹੁਣ ਉਸ ਘਰ ਦੀ ਹੈ। ਉੱਥੇ ਚੁੜੇਲਾਂ ਤੇ ਡੈਣਾ ਨਹੀਂ ਹਨ। ਲੋਕ ਤਾਂ ਜੰਗਲੀ ਜਾਨਵਰਾਂ ਨੂੰ ਪਾਲਤੂ ਬਣਾ ਲੈਂਦੇ ਆ ਤੇ ਲਾਲੀ ਆਪਣੇ ਪਤੀ ਨਾਲ ਨਹੀਂ ਲੰਘਾ ਸਕਦੀ। ਇਹਨੂੰ ਕਹੋ ਛੋਟੀ ਭੈਣ ਡਾਲੀ ਕੋਲੋਂ ਹੀ ਸਿੱਖ ਲਵੇ ਕੁਝ। ਘੜੀ ਪਹਿਲਾਂ ਦਾ ਰੋਣਾ ਧੋਣਾ ਸੱਸ ਦੀ ਹਕੂਮਤ ਹੀ ਬਹਿਸ ਵਿੱਚ ਬਦਲ ਚੁੱਕਾ ਸੀ। ਨੀਮਾ ਡ੍ਰਿਡ ਸੀ ਉਹਨੇ ਫੈਸਲਾ ਸੁਣਾ ਦਿੱਤਾ। ਕਲ ਸਵੇਰੇ ਲਾਲੀ ਆਪਣੇ ਸਹੁਰੇ ਜਾਏਗੀ ਤੇ ਉਹ ਤੇ ਉਹਦਾ ਪਤੀ ਉਹਨੂੰ ਛੱਡ ਕੇ ਆਉਣਗੇ ਡਾਲੀ ਨੇ ਮੂਕ ਸਭਕ੍ਰਿਤੀ ਦੇ ਦਿੱਤੀ ਸਹੁਰਾ ਸਾਬ ਚੁੱਪ ਰਹਿ ਸੱਸ ਵੀ ਹਵਾ ਤਵਾ ਕਰਕੇ ਚੁੱਪ ਹੋ ਗਈ ਤੇ ਅਗਲੇ ਦਿਨੀ ਠੀਕ ਨੀਮਾ ਤੇ ਉਹਦਾ ਪਤੀ ਉਹਨੂੰ ਛੱਡ ਆਏ ਕੋਈ 10 ਮਹੀਨੇ ਬੀਤ ਗਏ ਇਸ ਘਟਨਾ ਨੂੰ ਲੋਹੜੀ 'ਚ 4 ਦਿਨ ਰਹਿੰਦੇ ਸਨ ਲਾਲੀ ਦੀ ਮਾਂ ਪਹਿਲੇ ਦੋਤੇ ਭਾਬ ਲਾਲੀ ਦੇ ਪੁੱਤਰ ਜੰਮਣ ਕਾਰਨ ਬਹੁਤ ਹੀ ਵਿਅਸਤ ਹੈ ਤੇ ਡੋਲੀ ਨੂੰ ਆਪਣੀ ਭਾਬੀ ਨੀਮਾ ਤੇ ਫਖਰ ਕਰਕੇ ਰੱਜ ਨਹੀਂ ਆ ਰਿਹਾ ਧੰਨਵਾਦ